ਜਿਸ ਤਰ੍ਹਾਂ ਦਿੱਲੀ ਅੰਦੋਲਨ ਚੱਲ ਰਿਹਾ ਸੀਗਾ ਤਾਂ ਉੱਥੇ ਲਗਾਤਾਰ ਕਈ ਜਥੇਬੰਦੀਆਂ ਪਹੁੰਚੀਆਂ ਹੋਈਆਂ ਸਨ ਤੇ ਲਗਾਤਾਰ ਕਲਾਕਾਰ ਵੀ ਜਿਹੜਾ ਆਪਣੀ ਭੂਮਿਕਾ ਨਿਭਾਰੇ ਸਨ ਤੇ ਉੱਥੋਂ ਅਜਿਹੇ ਅੰਦੋਲਨਾਂ ਦੇ ਵਿੱਚੋਂ ਪਾਰਟੀਆਂ ਜਿਹੜੀਆਂ ਨੇ ਉਹ ਸਿਆਸੀ ਪਾਰਟੀਆਂ ਨਿਕਲਣਾ ਵਾਜਿਬ ਹੁੰਦਾ ਹੈ ਤੇ ਉੱਥੇ ਹੀ ਜੇਕਰ ਗੱਲ ਕੀਤੀ ਆਵੇ ਪੰਜਾਬ ਦੇ ਕਲਾਕਾਰਾਂ ਨੇ ਇੱਕ ਕੱਲ ਪ੍ਰੈਸ ਕਾਨਫਰੰਸ ਕੀਤੀ ਜਿਸ ਦੇ ਵਿੱਚ ਬੱਬੂ ਮਾਨ, ਅਬਤੋਜ ਮਾਨ ਤੇ ਹੋਰ ਕਈ ਪੰਜਾਬੀ ਜਿਹੜੇ ਕਲਾਕਾਰ ਪਹੁੰਚੇ ਹੋਏ ਸਨ ਉਹਨਾਂ ਨੇ ਇੱਕ ਜਿਹੜਾ ਰੂਪ ਪਾਰਟੀ ਹੈ ਜਿਹੜੀ ਉਹ ਅਨਾਉਂਸ ਕੀਤੀ ਹੈ ਜਿਹਦੇ ਬਾਰੇ ਗੱਲ ਕਰਨਾ ਹਾਂ ਪਾਰਟੀ ਅਨਾਉਂਸ ਕੀਤੀ ਹੈ ਉਹਨਾਂ ਨੇ ਇੱਕ ਜਿਹੜਾ ਕਿ ਪੰਜਾਬ ਦੇ ਸੰਬੰਧ ਵਿੱਚ ਤੇ ਇਸ ਪਾਰਟੀ ਜਥੇਬੰਦੀ ਇਸ ਪਾਰਟੀ ਦਾ ਕੀ ਹੈ ਜਥੇਬੰਦੀ ਹੈਗੀ ਆ ਧਰਮਿੰਦਰ ਜੀ ਇਹਨੂੰ ਪਾਰਟੀ ਦਾ ਪ੍ਰਧਾਨ ਕਹੀਏ ਅਖਰ ਜਥੇਬੰਦੀ ਦਾ ਮਤਲਬ ਇਹ ਹੁੰਦਾ ਕਿ ਇਕੱਠੇ ਹੋ ਕੇ ਜੀ ਉਹ ਜਿਹੜੀ ਜਥੇਬੰਦੀ ਹੈਗੀ ਆ ਉਹ ਇਕੱਠੇ ਹੋ ਕੇ ਸਾਰੇ ਆਪਣੇ ਪੰਜਾਬ ਨੂੰ ਬਚਾਉਣ ਵਾਸਤੇ ਸਿਆਸੀ ਪਾਰਟੀਆਂ ਨੂੰ ਕੁਝ ਅੰਕੁਸ਼ ਲਾਉਣਗੇ ਉਹ ਬੱਬੂ ਮਾਨ ਵਰਗੇ ਬੰਦੇ ਇਸ ਪਾਰਟੀ ਵਿੱਚ ਮੈਂ ਖਬਰ ਪੜ੍ਹ ਰਿਹਾ ਸੀ ਮੈਂ ਬੱਬੂ ਮਾਨ ਵਰਗੇ ਬੰਦੇ ਇਸ ਵਿੱਚ ਸ਼ਾਮਲ ਹੋਏ ਨੇ ਬੱਬੂ ਮਾਨ ਹੋ ਗਿਆ ਗੁਲਪਨਾਗ ਹੋ ਗਿਆ ਜਿਹੜੀ ਫਿਲਮੀ ਐਕਟਰ ਹੈਗੀ ਆ ਤੇ ਇਸ ਤੋਂ ਇਲਾਵਾ ਹੋਰ ਵੀ ਬਾਬਾ ਵਰਗੇ ਰਣਜੀਤ ਬਾਬਾ ਵਰਗੇ ਮੁੰਡੇ ਇਹਦੇ ਵਿੱਚ ਆਏ ਆ ਤੇ ਦੀਪਕ ਚਰਨਨਾਥ ਵਰਗੇ ਹਮੀਰ ਸਿੰਘ ਪੰਜਾਬੀ ਟਰਿਮ ਦੇ ਕੋਆਰਡੀਨੇਟਰ ਹੈਗੇ ਆ ਉਹ ਆ ਗਏ ਤੇ ਜਿਹੜਾ ਗਿਆਨੀ ਕੇਬਲ ਸਿੰਘ ਇਹਦੇ ਵਿੱਚ ਆਏ ਨੇ ਕਾਫੀ ਸਾਰੇ ਬੰਦੇ ਨੇ ਭੰਗੂ ਸਾਹਿਬ ਇਹਦੇ ਵਿੱਚ ਜਿਹੜੇ ਆਏ ਨੇ ਉਹਨਾਂ ਨੇ ਕਿਹਾ ਕਿ ਇੱਕ ਤਾਂ ਦਾ ਇਲੈਕਸ਼ਨ ਮੈਨੀਫੈਸਟੋ ਸਿਆਸੀ ਪਾਰਟੀਆਂ ਜਾਰੀ ਕਰਦੀਆਂ ਨੇ ਇਲੈਕਸ਼ਨ ਮੈਨੀਫੈਸਟੋ ਦਾ ਕਾਨੂੰਨੀ ਆਧਾਰ ਬਣੇ ਜੀ ਉਹ ਕਾਗਜ਼ ਜਿਹੜਾ ਹੈਗਾ ਉਹ ਕਾਨੂੰਨੀ ਮਾਨਤਾ ਲਵੇ ਜਿਹੜਾ ਇਲੈਕਸ਼ਨ ਮੈਨੀਫੈਸਟ ਹੈਗਾ ਜੇਕਰ ਉਹ ਇਲੈਕਸ਼ਨ ਮੈਨੀਫੈਸਟ ਵਿੱਚ ਵਾਅਦੇ ਕੀਤੇ ਗਏ ਜੇਕਰ ਨਾ ਜਾਰੀ ਕੀਤੇ ਜਾਣ ਜੂਜ ਦਾ ਪੰਜਾਬ ਜਿੱਥੇ ਬੰਦੀ ਵਿੱਚ ਜੇ ਆਖੀਏ ਤਾਂ ਬੱਬੂ ਮਾਨ ਗੁਲਪਨਾਗ ਦਿਵਿੰਦਰ ਸ਼ਰਮਾ ਆਗਿਆ ਨੇ ਕੇਵਲ ਸੰਜਸਾ ਪੱਟੀ ਬਲਵਿੰਦਰ ਸਿੰਘ ਸਿੱਧੂ ਡਾਕਟਰ ਸ਼ਿਆਮਸੁੰਦਰ ਦੀਪਤੀ ਜੀ ਜਸ ਬਾਜਵਾ ਦੀਪਕ ਸ਼ਰਮਾ ਚਰਨਾਥਲ ਰਮਨਿੰਦਰ ਕੌਰ ਭਾਟਿਆ ਸਰਬਜੀਤ ਸਿੰਘ ਧਾਲੀਵਾਲ ਜਿਹੜੇ ਟ੍ਰਿਬਿਊਨ ਗਰੁੱਪ ਦੇ ਇੱਕ ਪੱਤਰਕਾਰ ਸੀ ਵੱਡੇ ਤੇ ਇਸੇ ਤਰ੍ਹਾਂ ਅਮਿਤੋਜ ਮਾਨ ਹਮੀਰ ਸਿੰਘ ਰਣਜੀਤ 바ਵਾ ਹੋਰ ਇਹ ਜਥੇ ਇਹ ਬੰਦੇ ਕਾਫੀ ਪੱਤਰਕਾਰ ਵੀ ਨੇ ਜੀ ਬੁੱਧੀਜੀਵੀ ਹੈਗੇ ਆ ਇਹਦੇ ਵਿੱਚ ਕੁਝ ਸਿਆਸੀ ਕੁਝ ਧਾਰਮਿਕ ਜਥੇਬੰਦੀਆਂ ਦੇ ਆਗੂ ਵੀ ਹੈਗੇ ਆ ਉਹਨਾਂ ਨੇ ਇਹ ਤੈਅ ਕੀਤਾ ਕਿ ਆਪਾਂ ਪੰਜਾਬ ਦੇ ਵਿੱਚ ਜੋ ਵੀ ਸਿਆਸੀ ਪਾਰਟੀਆਂ ਹੈਗੀਆਂ ਨੇ ਉਹਨਾਂ ਤੇ ਇੱਕ ਤਾਂ ਇੱਕ ਸਾਲ ਦੇ ਵਿੱਚ 90 ਦਿਨ ਦਾ ਸੈਸ਼ਨ ਹੋਵੇ ਤਾਂ ਕਿ ਲੋਕ ਮੁੱਦਿਆਂ ਤੇ ਗੱਲ ਹੋ ਸਕੇ 90 ਦਿਨ ਤੱਕ ਪੰਜਾਬ ਵਿਧਾਨ ਸਭਾ ਦੇ ਵਿੱਚ ਐਮ ਐਲ ਏ ਬੈਠਣ ਸਦਨ ਬੈਠੇ ਜਿਹੜਾ ਸੈਸ਼ਨ ਹੋਵੇ ਤੇ ਵਿਧਾਨ ਸਭਾ ਦਾ ਤੇ ਇਕੱਠੇ ਹੋ ਕੇ ਗੱਲ ਕਰਨ ਇੱਕ ਤਾਂ ਗੱਲ ਇਹ ਹੈਗੀ ਆ ਦੂਜੀ ਗੱਲ ਹੈ ਜਿਹੜਾ ਕਿ ਕਾਨੂੰਨੀ ਇਮਾਨਤਾ ਦਿੱਤੀ ਜਾਵੇ ਜਿਹੜਾ ਕਿ ਇਲੈਕਸ਼ਨ ਮੈਨੀਫੈਸਟੋ ਹੈ ਗਿਆ ਜੇਕਰ ਕੋਈ ਐਮ.ਐਲ.ਏ ਆਪਣੇ ਵਾਅਦੇ ਕੀਤੇ ਪੂਰੇ ਨਹੀਂ ਕਰਦਾ ਤਾਂ ਉਹਦੀ ਐਮ.ਐਲ.ਏ ਸੇਪਰਾਦ ਕੀਤੀ ਜਾਵੇ ਇਸ ਤਰ੍ਹਾਂ ਦੇ ਮੁੱਦੇ ਨੂੰ ਲੈ ਕੇ ਇਹ ਜੁਝਾਰੂ ਜੂਜ ਦਾ ਪੰਜਾਬ ਜਿਹੜੀ ਹੈਗੀ ਆ ਜਿਹੜੀ ਸੱਥੇਪੰਦੀ ਬਣੀ ਹੈਗੀ ਆ ਇਹ ਅੱਛੀ ਗੱਲ ਹੈ ਇਹ ਅੰਕੁਸ਼ ਲਾਉਣਾ ਸਿਆਸੀ ਪਾਰਟੀਆਂ ਦੇ ਉੱਪਰ ਅੱਛੀ ਗੱਲ ਹੈ ਨੇਤਾ ਕੋਈ ਗੁਟਕਾ ਸਾਹ ਵਿੱਚ ਸੋਚ ਚੁੱਕ ਕੇ ਕਹਿੰਦਾ ਮੈਂ ਨਸ਼ਾ ਖਤਮ ਕਰ ਦਿਆਂਗਾ ਬਾਅਦ ਚ ਭੱਜ ਜਾਂਦਾ ਬਾਅਦ ਚ ਕਹਿੰਦਾ ਅਸਤਾ ਨਸ਼ਾ ਅੱਧਾ ਖਾਦੀ ਹੋਣੀ ਹੈਗੀ ਤੇ ਇਸ ਤਰੀਕੇ ਨਾਲ ਜਿਹੜੇ ਲੋਕ ਵਾਅਦੇ ਕਰਦੇ ਆ ਵਾਅਦੇ ਤੋਂ ਮੁੱਕਰ ਜਾਂਦੇ ਆ ਇਹਨਾਂ ਲੋਕਾਂ ਦੇ ਉੱਪਰ ਅੰਕੁਸ਼ ਲੱਗਣਾ ਲਾਜ਼ਮੀ ਆ ਪੰਗੋ ਸਾਹਿਬ 5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗਿਆਨੀ ਸਾਹਿਬ ਸਿੰਘ ਜੀ ਸ਼ਾਬਾਦ ਮਾਰਕੰਡਾ ਵਾਲਿਆਂ ਨਾਲ ਕਰੋ ਸਿੱਧੀ ਗੱਲਬਾਤ ਤੇ ਜਾਣੋ ਗੁਰਬਾਣੀ ਦੇ ਅਰਥ ਰੋਜ਼ਾਨਾ ਪਾਠ ਕਰਨ ਵਾਲੇ ਇਹ ਪ੍ਰੋਗਰਾਮ ਜ਼ਰੂਰ ਦੇਖਣ ਤੇ ਗੁਰੂ ਸਾਹਿਬ ਦੀਆਂ ਅਸੀਸਾਂ ਦੇ ਪਾਤਰ ਬਣਨ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਗੁਰਬਾਣੀ ਗਿਆਨ ਐਤਵਾਰ ਸਵੇਰੇ 7 ਤੋਂ 8 ਵਜੇ ਤੱਕ ਟੀ5 ਚੈਨਲ ਪੰਜਾਬੀ ਤੇ ਕੀ ਹੁੰਦੀ ਹੈ ਜਮ੍ਹਾਂ ਬੰਦੀ ਕਿਵੇਂ ਬਣਦੀ ਹੈ ਵਸੀਅਤ ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ 나ਇਬतहसीलदार.com ਕਾਨੂੰਨ ਜਾਇਦਾਦ ਦਾ